ਲਾਨਤ ਪਾਵੀ ਅਦਬ ਮੰਗ ਜੋ ਅੰਗਰੇਜ਼ ਨੇ ਸਭ ਤੋਂ ਪਹਿਲਾਂ ਸਾਡੇ ਕੋਲ ਆ ਕੇ ਅਦਬ ਖਤਮ ਕੀਤਾ ਹੈ ਸਾਡਾ ਉਹਦੇ ਅੰਦਰ ਰੋਸ਼ਨ ਸੀ ਕੁਰਾਨ ਹਦੀਸ ਦੇ ਨਾਲ ਉਹ ਖਤਮ ਕੀਤਾ ਹੈ ਜਦੋਂ ਸਾਡਾ ਅੰਦਰ ਰੋਸ਼ਨ ਸੀ ਨਾ ਕੁਰਾਨ ਹਦੀਸ ਦੇ ਨਾਲ ਤੇ ਖੈਰਤ ਐਸੀ ਅਦਬ ਐਸੀ ਇਮਾਨ ਐਸੀ ਜਦੋਂ ਦਾ ਅਸਾਂ ਕੁਰਾਨ ਹਦੀਸ ਤੋਂ ਦੂਰ ਹੋਏ ਹਾਂ ਕੁਰਾਨ ਹਦੀਸ ਕੋਲ ਰੋਸ਼ਨੀ ਲੈਣਾ ਖਤਮ ਹੋਈ ਹੈ ਸਾਡੇ ਅੰਦਰ ਹੋ ਗਿਆ ਅੰਧੇਰਾ ਹੁਣ ਜੋ ਦਿਲ ਕਰੇ ਅਸਾਂ ਕੀਤੀ ਜਾਂਦੇ ਜੀ ਮੈਂ ਜਵਾਲ ਖੋਲ੍ਹ ਕੇ ਬਾਹਰ ਜਾਵੇ ਸਾਡੀ ਆਲਣ ਜਾਵੇ ਅਸਾਂ ਇਹਨੂੰ ਤਰੱਕੀ ਮਹਿਸੂਸ ਕਰਨੇ ਹੈ ਅਸਾਂ ਨੇ ਮੌਲੀ ਸਾਹਿਬ ਤੁਸਾਂ ਕੌਣ ਹੁੰਦੇ ਰੋਕਣ ਵਾਲੇ ਜਿਵੇਂ ਮੇਰੀ ਸ਼ਾਨਾ ਪਛਾਨਾ ਚੱਲਣਾ ਚਾਹੀਦਾ ਉਹ ਗੇੜਾ ਕਰਦੀ ਮੈਂ ਕਿਹਾ ਸ਼ਾਨਾ ਪਛਾਨਾ ਕਿ ਇਹ ਤਾਂ ਮਰਦਾਂ ਤੋਂ ਅੱਗੇ ਟੱਪੀਆਂ ਖਲੋਤੀਆਂ ਨੇ ਆਹ ਹਕੂਮਤ ਨੂੰ ਕੱਢੀਆਂ ਨੇ ਮੈਟਰੋ ਦੇ ਪਤਾ ਕਿਹੜੀਆਂ ਕਿਹੜੀਆਂ ਬੱਸਾਂ ਕੱਢੀਆਂ ਨੇ ਅਤੇ ਮੈਂ ਕਿਹਾ ਸ਼ਾਨਾ ਪਛਾਨਾ ਸੀ ਤਾਂ ਖਾਨਾ ਖਰਾਬ ਮਰਦ ਬੁੱਢੀ ਇਕੱਠੇ ਪੈਂਦੇ ਇੰਝ ਨਹੀਂ ਬੋਲਦੇ ਨਹੀਂ ਜੇ ਇੰਝ ਹੈ ਮੈਂ ਕਿਹਾ ਬੁੱਢੀਆਂ ਅੱਗੇ ਪੈਂਦੀਆਂ ਲੈ ਲੈ ਪਿੱਛੇ ਬੈਠੀ ਮਰਦ ਪਿੱਛੇ ਨਹੀਂ ਬੈਠੇ ਹੁੰਦੇ ਅਤੇ ਬੁੱਢੀਆਂ ਅੱਗੇ ਮੈਂ ਕਿਹਾ ਇਹਦਾ ਤੂੰ ਅੱਗੇ ਕਰ ਛੱਡੀਆਂ ਗੜਾ ਕਰਦੀ ਉਹਦਾ ਨਿਸ਼ਾਨਾ ਪਛਾਨਾ ਇਹ ਤਾਂ ਨਿਸ਼ਾਨਾ ਪਛਾਨਾ ਹੋਈਆਂ ਨਾ ਇਹ ਤਾਂ ਉੱਠਾ ਕੰਮ ਹੋ ਗਿਆ ਕਿਉਂ ਹੋਇਆ ਅੰਦਰ ਜੋ ਅੰਧੇਰਾ ਹੋ ਗਿਆ ਹੁਣ ਜੋ ਮਰਜ਼ੀ ਹੁੰਦਾ ਰਹੇ